वाहिगुरु जी का खालसा वाहिगुरु जी की फतेह नमस्ते अस्सलाम वालेकुम ग्रीटिंग्स ऑफ द डे वेलकम बैक टू योर ओन यूट्यूब चैनल प्रोफेसर के पुष्पिंदर सिंह अ ट्यूटर हु लर्न्स आईकेजी पंजाब टेक्निकल यूनिवर्सिटी जलंधर कपूरथला हाईवे कपूरथला नोटिस जड़ा है जी तुसी देख सकते हो 25 मई 2021 दा है ते 25 मई 2021 दा यानी कि लेटेस्ट नोटिस जड़ा है कल ही जारी होया सीगा और आज ताडे लिए असी स्पेशल वीडियो बनाई है अर्ली मॉर्निंग तानू वीडियो मिल गई है और खुशी जी साड़ी आवाज़ तो तुहानू पता लग रही होगी क्योंकि रीअपीयर वाले विद्यार्थियों लिए खुशखबरी है रीअपीयर वाले विद्यार्थियों का जेडे दाखला फार्म ने एग्जामीनेशन फॉर्म्स ने वो जेडे ने वो ओपन हो चुके हैं और कई विद्यार्थी जेडे ने विद्यार्थी साथी छोटे वीर ने भैन ने वो कहते कि हिंदी दे विच तुसी जरूर बनाया करो पंजाब टैक्निकल यूनिवर्सिटी की जी इनफॉर्मेशन होंगी है तो इनफॉर्मेशन मैं इनफॉर्मेशन ही कहना मैं जानकारियां नहीं कहता मैं एडमिशन फॉर्म नूं एडमिशन फॉर्म ही कहता दाखला फार्म नहीं क्या कहता तो काफ़ी सारिया चीज़ा जड़िया ने इंग्लिश दे विच ही हुंदिया ने जड़िया कि अंडरस्टैंडेबल ने ईवन फॉर द लैंग्वेज ऑफ पंजाबी एंड हिंदी इसलिए प्लीज़ कोऑपरेट करया करो मैं कोशिश करूँगा कि हिंदी दे विच भी वीडियो बनावा पर पंजाब टेक्निकल यूनिवर्सिटी है इसलिए माफ़ करना मैं पंजाबी दे विच ही बनानी पौगी पर इंग्लिश जी ताड़ी कन्वीनियंस लिए यूज़ करांगे आपां तां इंस्ट्रक्शन स्केड्यूल फॉर फिलिंग ऑफ रीअपीयर एग्जाम जिहड़ा एक्सैप्ट 2020 बैच भाव 2020 बैच वाले छड़ के बाकी सारिया का रीअपीयर फॉर्म जो भर सकते एग्जामीनेशन फॉर्म जिहड़ा अप्रैल मई 2021 एग्जाम का इहदा नाम दिता है जे देख लिए इहदे विच तां इह कहिंदे की ने कि students who were supposed to appear in a reappear examination in November 2020 but could not appear are hereby informed that their reappear examination forms shall be made available later on and subsequently scheduled of examination shall be separately notified ਭਾਵ ਜਿਹੜੇ ਨਵੰਬਰ 2020 ਵਾਲੇ ਸੀਗੇ ਉਹਨਾਂ ਦਾ ਅੱਡ ਸ਼ੈਡਿਊਲ ਆਊਗਾ ਤਾਂ ਹੁਣ ਜੇ ਤੁਸੀਂ ਇਹ ਸਕਿਪ ਕੀਤੀ ਹੈ ਤਾਂ ਤੁਹਾਨੂੰ ਬਹੁਤ ਵੱਡੀ ਤੁਸੀਂ ਇਹ ਵਾਰ ਵਾਰ ਪੁੱਛੋਗੇ ਕਿ ਕੀ 2020 ਵਾਲਿਆਂ ਦਾ ਵੀ ਇਹ ਹੈ ਤਾਂ 2020 ਵਾਲਿਆਂ ਲਈ ਨਹੀਂ ਹੈਗਾ ਨਵੰਬਰ 2020 ਵਾਲਿਆਂ ਦਾ ਸ਼ੈਡਿਊਲ ਜਿਹੜਾ ਉਹ ਵੱਖਰਾ ਆਊਗਾ ਸ਼ੈਡਿਊਲ ਅਤੇ ਤੁਸੀਂ ਜੇ ਇੱਥੇ ਤੱਕ ਵੀਡੀਓ ਦੇਖ ਲਈ ਆ ਤਾਂ ਵੀਡੀਓ ਨੂੰ ਫਟਾਫਟ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਵਟਸਐਪ ਰਾਹੀਂ ਮੈਨੂੰ ਪਤਾ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਔਰ ਫੇਸਬੁੱਕ ਦੇ ਉੱਤੇ ਤਾਂ ਤੁਸੀਂ ਪੋਸਟ ਕਰ ਹੀ ਦੇਣੀ ਹੈ ਇਹ ਵੀਡੀਓ ਤਾਂ ਐਗਜ਼ਾਮੀਨੇਸ਼ਨ ਫੀਸ ਜੇ ਦੇਖ ਲਈ ਤਾਂ 700 ਰੁਪਏ ਪਰ ਸਮੈਸਟਰ ਫੋਰ ਬੈਚ 2016-18 ਉਹਨਾਂ ਦਾ 700 ਰੁਪਈਆ ਲਾਸਟ ਡੇਟ ਫੋਰ ਡਿਪੋਜ਼ਿਟ ਆਫ ਐਗਜ਼ਾਮੀਨੇਸ਼ਨ ਫੀ ਐਂਡ ਐਗਜ਼ਾਮੀਨੇਸ਼ਨ ਫੋਰਮ ਟੂ ਬੀ ਫਿਲਡ ਬਾਏ ਦ ਸਟੂਡੈਂਟਸ ਜਿਹੜੀ ਹੈ ਉਹ ਹੈਗੀ ਹੈ ਰੀਅਪੀਅਰ 1-10th ਸਮੈਸਟਰ ਐਕਸੈਪਟ 2020 ਬੈਚ ਅਤੇ ਇਹਦੇ ਵਿੱਚ ਦੇਖ ਲੈਂਦੇ ਹਾਂ ਕਿ 1000 ਰੁਪਏ ਪਰ ਸਮੈਸਟਰ ਆ ਫੋਰ ਬੈਚ 2019 ਓਨਵਰਡਸ 2020 ਨੂੰ ਛੱਡ ਕੇ ਪਹਿਲੇ ਤੋਂ ਦਸਵੇਂ ਸਮੈਸਟਰ ਜਿਹੜੇ 2020 ਬੈਚ ਦੇ ਨੇ ਉਹਨਾਂ ਨੂੰ ਛੱਡ ਕੇ 2019 ਓਨਵਰਡਸ ਜਿਹੜੇ ਬੈਚ ਆ ਭਾਵ 2019 ਦਾ ਬੈਚ 2021 ਦਾ ਬੈਚ ਉਹਨਾਂ ਦੇ ਲਈ ਹੈ ਇਹ ਐਗਜ਼ਾਮੀਨੇਸ਼ਨ ਫੋਰਮ ਵੈਰੀਫਿਕੇਸ਼ਨ ਕਨਫਰਮੇਸ਼ਨ ਬਾਏ ਐਚ ਓ ਡੀ ਕਲਾਸ ਇੰਚਾਰਜ ਫਰੋਮ ਦੇਅਰ ਲੋਗਿਨ ਆਈ ਡੀਜ਼ ਤੁਸੀਂ ਲੋਗਿਨ ਆਈ ਡੀ ਤੋਂ ਕਰਨਾ ਹੈ ਤਾਂ ਵਿਦਆਊਟ ਲੇਟ ਫੀ ਜੇ ਆਪਾਂ ਦੇਖੀਏ ਤਾਂ ਵਿਦਆਊਟ ਲੇਟ ਫੀ ਹੈਗਾ 25 ਮਈ ਤੋਂ 14 ਜੂਨ ਤੱਕ ਭਾਵ ਅੱਜ ਸ਼ੁਰੂ ਹੋਏ ਨੇ ਇਹ ਅਤੇ 14 ਜੂਨ ਤੱਕ ਜਾਣਗੇ ਔਰ 18 ਜੂਨ ਤੱਕ ਤੁਸੀਂ 14 ਜੂਨ ਤੱਕ ਤੁਸੀਂ ਫੋਰਮ ਭਰ ਦੇਣਾ ਹੈ ਔਰ 18 ਜੂਨ ਤੱਕ ਜਿਹੜਾ ਆ ਉਹ ਤੁਸੀਂ ਵੈਰੀਫਿਕੇਸ਼ਨ ਜਿਹੜੀ ਆ ਆਪਣੀ ਲੋਗਿਨ ਆਈ ਡੀ ਤੋਂ ਕਰਕੇ ਕਰਾ ਲੈਣੀ ਆ ਫੋਰਮ ਜਿਹੜਾ ਤੁਸੀਂ ਭਰਨਾ ਹੈ ਉਹ ਕਿੱਥੇ ਭਰਨਾ ਹੈ ਤੁਹਾਡੀ ਲੋਗਿਨ ਆਈ ਡੀਜ਼ ਦੇ ਉੱਤੇ ਤੁਸੀਂ ਫੋਰਮ ਭਰਨਾ ptuexam.com ਦੇ ਉੱਤੇ ਤਾਂ ਉਹ ਤੁਸੀਂ ਚੰਗੀ ਤਰ੍ਹਾਂ ਭਲੀਭਾਂਤੀ ਜਾਣਦੀ ਹੋ ਤਾਂ ਵਿਦ ਲੇਟ ਫੀ 1000 ਰੁਪਏ ਲੇਟ ਫੀਸ ਲਾ ਜੂਗੀ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਲੇਟ ਫੀ ਲਗਵਾਉਣੀ ਚਾਹੀਦੀ ਹੈ 700 ਰੁਪਈਏ ਦੇ ਵਿੱਚ ਜਾਂ 1000 ਰੁਪਏ ਦੇ ਵਿੱਚ ਦੇ ਤੁਹਾਡਾ ਫੋਰਮ ਫਿਲ ਹੋ ਰਿਹਾ ਤਾਂ ਤੁਸੀਂ ਲੇਟ ਫੀ ਨਾ ਲਗਵਾਓ ਫਿਰ ਵੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਲੇਟ ਫੀ ਜਿਹੜੀ ਹੈ 15 ਜੂਨ ਤੋਂ 21 ਜੂਨ ਤੱਕ ਹੋਊਗੀ ਔਰ ਵਿਦ ਲੇਟ ਫੀ ਰੁਪੀਜ਼ 2000 ਪਰ ਸਮੈਸਟਰ ਉਹ ਹੈਗੇ ਹੈ ਜੀ 22 ਜੂਨ ਤੋਂ ਲੈ ਕੇ 29 ਜੂਨ ਤੱਕ ਅਤੇ ਵਿਦ ਲੀਡ ਫੀ ਇਨ ਸਪੈਸ਼ਲ ਸਰਕਮਸਟਾਂਸਿਸ 5000 ਪਰ ਸਮੈਸਟਰ ਵਿਦ ਦ ਪਰਮਿਸ਼ਨ ਆਫ ਯੂਨੀਵਰਸਿਟੀ ਬਿਫੋਰ 24 ਆਰ ਆਫ ਦ ਸਟਾਰਟ ਆਫ ਰਿਸਪੈਕਟਿਵ ਐਗਜ਼ਾਮ ਤਾਂ ਹੁਣ ਇੱਥੇ ਗੱਲ ਕਰਦੇ ਹਾਂ ਕਈ ਵੀਰ ਜਿਹੜੇ ਨੇ ਆਪਣੇ ਹੋਰ ਚੈਨਲਸ ਵਾਲੇ ਉਹ ਕਹਿੰਦੇ ਨੇ ਕਿ ਐਵੇਂ ਕਰਦੇ ਆ ਕਮੈਂਟ ਕਰ ਦਿੰਦੇ ਆ ਨੀਚੇ ਆਪਣੇ ਜਿਹੜੇ ਸਪੋਰਟਰਸ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਉਹ ਥੱਲੇ ਕਰ ਦਿੰਦੇ ਐਵੇਂ ਭਕਾਈ ਮਾਰਦਾ ਆ ਬੋਂਗਾ ਜਿਹਾ ਬੋਲਦਾ ਐਵੇਂ ਆਪਣੇ ਵੱਲੋਂ ਇੱਕ ਤਰੀਕਾ ਬਣਾਇਆ ਜਾਂਦਾ ਤਾਂ ਆਪਾਂ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਹਾਂ ਕਿ 29 ਜੂਨ ਨੂੰ ਲਾਸਟ ਹੈ ਅਤੇ ਇੱਥੇ ਦੇਖੋ ਤੁਸੀਂ ਸੇਮ ਡੇ ਹੀ ਉਹ ਕਹਿ ਰਹੇ ਨੇ ਕਿ 29 ਜੂਨ ਨੂੰ ਹੀ ਫਿਰ ਤੁਹਾਨੂੰ ਕਰਾਉਣੀ ਪਊਗੀ ਭਾਵ ਜੁਲਾਈ ਦੇ ਜੂਨ ਜਿਹੜਾ ਉਹ 30 ਤਰੀਕ ਤੱਕ ਦਾ ਹੁੰਦਾ 30 ਦਿਨਾਂ ਦਾ ਹੁੰਦਾ ਤਾਂ ਜੁਲਾਈ ਦੇ ਫਸਟ ਵੀਕ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ ਐਗਜ਼ਾਮ ਦੀ ਨੋਟੀਫਿਕੇਸ਼ਨ ਜਿਹੜੀ ਆ ਜੂਗੀ ਜੁਲਾਈ ਦੇ ਫਸਟ ਵੀਕ ਦੇ ਵਿੱਚ ਐਗਜ਼ਾਮ ਜਿਹੜੇ ਆ ਸ਼ੁਰੂ ਹੋ ਜਾਣਗੇ ਜੇ ਪੋਸਟਪੋਨ ਵੀ ਕੀਤਾ ਜਾਂਦਾ ਲੇਟ ਤੋਂ ਲੇਟ ਵੀ ਕੀਤਾ ਜਾਂਦਾ ਤਾਂ ਸੈਕਿੰਡ ਵੀਕ ਤੱਕ ਕਰਨਗੇ ਇਹਨਾਂ ਨੂੰ
ਪਰ ਜੁਲਾਈ ਦੇ ਫਸਟ ਵੀਕ ਦੇ ਵਿੱਚ ਇਗਜ਼ਾਮ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ। ਹੁਣ ਇੱਥੇ ਗੱਲ ਆਉਂਦੀ ਹੈ ਕਿ ਇਗਜ਼ਾਮ ਜਿਹੜੇ ਨੇ ਉਹ ਔਨਲਾਈਨ ਹੋਣਗੇ ਜਾਂ ਔਫਲਾਈਨ ਹੋਣਗੇ। ਤਾਂ ਵਿਦਿਆਰਥੀ ਸਾਥੀਓ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਜ਼, ਈਵਨ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਿਹੜੀ ਹੈ ਉਹ ਵੀ ਔਨਲਾਈਨ ਇਗਜ਼ਾਮਸ ਦੀ ਤਿਆਰੀ ਕਰ ਚੁੱਕੀ ਹੈ। ਔਰ ਜੇ ਤੁਸੀਂ ਦੇਖੀਏ ਆਪਾਂ IKG PTU ਦੀ ਗੱਲ ਕਰੀਏ ਤਾਂ IKG PTU ਵੀ ਆਪਣੀ ਜਿਹੜੀ ਯੂਨੀਵਰਸਿਟੀ ਹੈ ਉਹ ਵੀ ਓਪਨ ਬੁੱਕ ਇਗਜ਼ਾਮੀਨੇਸ਼ਨ ਇਵੈਲੂਏਸ਼ਨ, ਜਿਹਨੂੰ ਕਿ ਔਨਲਾਈਨ ਇਗਜ਼ਾਮ ਕਿਹਾ ਜਾਂਦਾ, ਓਪਨ ਬੁੱਕ ਇਵੈਲੂਏਸ਼ਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਔਰ ਜੂਨ, ਜੁਲਾਈ, ਅਗਸਤ ਤਿੰਨੋਂ ਮਹੀਨਿਆਂ ਦੇ ਵਿੱਚ ਉਹਨਾਂ ਨੇ ਓਪਨ ਬੁੱਕ ਇਗਜ਼ਾਮੀਨੇਸ਼ਨ ਲੈਣੇ ਹੈ। ਤਾਂ ਇਹਦੇ ਵਿੱਚ ਕੋਈ ਦੂਰ ਰਾਏ ਨਹੀਂ ਹੈ ਕਿ ਜੇ ਇਹ ਇਗਜ਼ਾਮ ਜੁਲਾਈ ਦੇ ਵਿੱਚ ਹੀ ਹੋ ਜਾਂਦੇ ਨੇ ਤਾਂ ਔਨਲਾਈਨ ਹੀ ਹੋਣਗੇ। ਅਗਸਤ ਤੱਕ ਦੇ ਸਾਰੇ ਇਗਜ਼ਾਮ ਜਿਹੜੇ ਔਨਲਾਈਨ ਹੋਣਗੇ, ਕਿਉਂਕਿ ਹਲੇ ਤੱਕ ਮਿਨਿਸਟਰੀ ਜਿਹੜੀ ਹੈ, ਹੈਲਥ ਮਿਨਿਸਟਰੀ ਜਿਹੜੀ ਆ, ਉਹਨੇ ਅਲਾਓ ਨਹੀਂ ਕੀਤਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾਵੇ, ਕਿਉਂਕਿ ਯੂਥ ਸਾਡੇ ਸਰਕਾਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਯੂਥ ਦਾ ਜਿਹੜਾ ਸਿਹਤਮੰਦ ਰਹਿਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸੀ ਆਪਣੀਆਂ ਲੇਟੈਸਟ ਨਿਊਜ਼ ਜਿਹੜੀਆਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਾਬਤ ਨੇ। ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਔਰ ਇੱਕ ਹੋਰ ਗੱਲ ਕਿ ਇੱਥੇ ਤੱਕ ਤੁਸੀਂ ਵੀਡੀਓ ਦੇਖ ਰਹੇ ਹੋ ਔਰ ਹਲੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਪਲੀਜ਼ ਵੀਡੀਓ ਲਾਈਕ ਜ਼ਰੂਰ ਕਰੋ ਔਰ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਵੀਡੀਓ ਕਿਸ ਤਰੀਕੇ ਦੀ ਲੱਗੀ। ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵਟਸਐਪ ਰਾਹੀਂ, ਸਾਨੂੰ ਫੇਸਬੁੱਕ ਦੇ ਉੱਤੇ ਲਾਈਕ ਕਰੋ, ਸਾਡਾ ਪੇਜ ਫੋਲੋ ਕਰੋ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ। ਇੰਸਟਾਗ੍ਰਾਮ ਦੇ ਉੱਤੇ ਜ਼ਰੂਰ ਫੋਲੋ ਕਰਿਓ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ, ਉੱਥੇ ਅਸੀਂ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਉਹਨਾਂ ਦੇ ਇੰਸਟੈਂਟ ਜਵਾਬ ਦਿੰਦੇ ਹਾਂ। ਔਰ ਜਿੰਨੇ ਕਮੈਂਟਸ ਨੇ, ਕਮੈਂਟ ਸੈਕਸ਼ਨ, ਅੱਜ ਕਮੈਂਟਸ ਪੜ੍ਹੇ ਨੇ ਮੈਂ, ਕਾਫੀ ਕਮੈਂਟਸ ਜਿਹੜੇ ਨੇ ਉਹ ਸਿਮਿਲਰ ਨੇ, ਤਾਂ ਆਪਾਂ ਜਲਦੀ ਹੀ ਕੁਐਸਚਨ ਆਨਸਰ ਲਾਈਵ ਸੈਸ਼ਨ ਰੱਖਾਂਗੇ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਉਹਦੀ ਲਾਈਵ ਦੀ ਨੋਟੀਫਿਕੇਸ਼ਨ ਜਿਹੜੀ ਆ ਉਹ ਇੰਸਟਾਗ੍ਰਾਮ ਸਟੋਰੀਜ਼ ਦੇ ਉੱਤੇ, ਵਟਸਐਪ ਸਟੋਰੀਜ਼ ਦੇ ਉੱਤੇ, ਆਪਣੀ ਫੇਸਬੁੱਕ ਸਟੋਰੀਜ਼ ਦੇ ਉੱਤੇ ਪਾ ਦਾਂਗੇ ਆਪਾਂ, ਅਤੇ ਨਾਲ ਹੀ ਤੁਹਾਨੂੰ ਯੂਟਿਊਬ ਦੇ ਉੱਤੇ ਇੰਸਟਾ ਜਿਹੜੀ ਆਪਣੀ ਲਾਈਵ ਕਰਨੀ ਆ ਉਹਦੀ ਵੀ ਤੁਹਾਨੂੰ ਇੱਕ ਨੋਟੀਫਿਕੇਸ਼ਨ ਜਿਹੜੀ ਆ ਸ਼ੋਰਟ ਦੇ ਰੂਪ ਵਿੱਚ ਤੁਹਾਨੂੰ ਕਰ ਦਾਂਗੇ। ਤਾਂ ਚੜ੍ਹਦੀ ਕਲਾ ਵਿੱਚ ਰਹੋ, ਇੱਕ ਦੂਜੇ ਦੀ ਹੈਲਪ ਜ਼ਰੂਰ ਕਰਿਆ ਕਰੋ। ਛੋਟੀ ਜਿਹੀ ਜ਼ਿੰਦਗੀ ਮਿਲੀ ਹੈ, ਇੱਕ ਦੂਜੇ ਨੂੰ ਸਪੋਰਟ ਕਰਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਆਪਾਂ ਜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਦਾ ਆਈਕਨ ਦਬਾਓ, ਲਾਈਕ ਕਮੈਂਟ ਤੇ ਸ਼ੇਅਰ ਕਰੋ। My words so bright, it's hard to breathe, but that's alright.